ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤੀ ਤਹਿਤ ਸਿਹਤ ਵਿਭਾਗ ਦੀਆਂ ਹਦਾਇਤਾਂ ਤੇ ਜਿੱਥੇ ਅੰਮ੍ਰਿਤਸਰ ਵਿੱਚ ਲੋਕਾਂ ਨੂੰ ਬਿਹਤਰ ਇਲਾਜ ਪ੍ਰਦਾਨ ਕੀਤਾ ਜਾ ਰਿਹਾ ਹੈ, ਉੱਥੇ ਹੀ ਸਿਹਤ ਵਿਭਾਗ ਵੱਲੋਂ ਮੂੰਹ ਦੀਆਂ ਬਿਮਾਰੀਆਂ ਅਤੇ ਤੰਬਾਕੂ ਨਾਲ ਹੋਣ ਵਾਲੇ ਮੂੰਹ ਦੇ ਕੈਂਸਰ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਲੋਕਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਾਇਆ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਡੈਂਟਲ ਡਾਕਟਰ ਸ਼ਰਨਜੀਤ ਕੌਰ ਸਿੱਧੂ ਨੇ ਦੱਸਿਆ ਕਿ ਅੰਮ੍ਰਿਤਸਰ ਸਿਵਲ ਹਸਪਤਾਲ ਦੇ ਡੈਂਟਲ ਵਿੰਗ ਸਮੇਤ ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਰਕਾਰੀ ਹੈਲਥ ਸੈਂਟਰਸ ਤੇ ਦੰਦਾਂ ਦੀਆਂ ਬਿਮਾਰੀਆਂ ਦੇ ਬਿਹਤਰ ਇਲਾਜ ਲਈ ਨਵੀਂ ਤਕਨੀਕ ਅਤੇ ਮਸ਼ੀਨਰੀ ਉਪਲਬਧ ਕਰਾਈ ਜਾ ਰਹੀ ਹੈ ਅਤੇ ਡਾਕਟਰਾਂ ਨੂੰ ਨਵੀਂ ਤਕਨੀਕ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੰਦਾਂ ਦੀਆਂ ਬਿਮਾਰੀਆਂ ਦੇ ਬਿਹਤਰ ਇਲਾਜ ਦਾ ਲਾਭ ਲੈਣ। ਸਾਡੀ ਜ਼ਿਲ੍ਹਾ ਪੱਧਰੀ ਵਰਕਸ਼ਾਪ ਜਿਹੜੀ ਹੈ ਸਿਵਲ ਹੋਸਪਿਟਲ ਕਾਨਫਰੰਸ ਹਾਲ ਵਿੱਚ ਅਸੀਂ ਕਰਾਈ ਹੈਗੀ ਹੈ। ਇਹਦੇ 'ਚ ਇੱਕ ਤਾਂ ਤੰਬਾਕੂ ਨੋਸ਼ੀ ਦੇ ਖਿਲਾਫ਼ ਮੁਹਿੰਮ ਜਿਹੜੀ ਹੈ 2 ਅਕਤੂਬਰ ਤੋਂ ਲੈ ਕੇ 26 ਜਨਵਰੀ ਤੱਕ ਚਲਾਈ ਜਾ ਰਹੀ ਹੈ। ਇਹਦੇ ਤਹਿਤ ਅੱਜ ਸਹੁੰ ਚੁੱਕ ਸਮਾਗਮ ਕਰਾਇਆ ਗਿਆ ਹੈ ਅਤੇ ਜ਼ਿਲ੍ਹੇ ਵਿੱਚ ਵੱਡੇ ਲੈਵਲ 'ਤੇ ਇਸ ਕੰਪੇਨ ਨੂੰ ਜਿਹੜਾ ਹੈ ਉਹ ਕੀਤਾ ਜਾਏਗਾ ਅਤੇ ਸਕੂਲਾਂ ਕਾਲਜਾਂ ਤੱਕ ਇਹ ਮੈਸੇਜ ਜਿਹੜਾ ਆਮ ਜਨਤਾ ਤੱਕ ਵੀ ਪਹੁੰਚਾਇਆ ਜਾਏਗਾ ਕਿ ਤੰਬਾਕੂ ਨੋਸ਼ੀ ਤੋਂ ਬਚਣ ਵਾਸਤੇ ਅਸੀਂ ਸਾਡਾ ਸਾਰਾ ਵਿਭਾਗ ਜਿਹੜਾ ਉਹ ਤਤਪਰ ਹੈ, ਇਹਦੇ ਲਈ ਐਫਰਟਸ ਕੀਤੇ ਜਾ ਰਹੇ ਹਨ। ਦੂਸਰਾ ਜਿਹੜਾ ਹੈ ਅਸੀਂ ਨਵੇਂ ਇੰਸਟਰੂਮੈਂਟਸ ਨਵੇਂ ਮਟੀਰੀਅਲਸ ਜਿਹੜੀ ਨਵੀਂ ਟੈਕਨੋਲੋਜੀ ਹੈ ਉਹਦੇ ਨਾਲ ਆਪਣੇ ਡਾਕਟਰਸ ਨੂੰ ਕਰ ਰਹੇ ਹੈਗੇ ਹਾਂ, ਇਕਵਿਪ ਕਰ ਰਹੇ ਹੈਗੇ ਹਾਂ, ਦਿਖਾ ਰਹੇ ਹਾਂ। ਸਾਰੀ ਅੱਜ ਟ੍ਰੇਨਿੰਗ ਜਿਹੜੀ ਟ੍ਰੇਨਿੰਗ ਸੈਸ਼ਨ ਅੱਜ ਚੱਲ ਰਿਹਾ ਹੈਗਾ, ਇਹਦੇ 'ਚ ਜਿਹੜੀਆਂ ਲੇਟੈਸਟ ਡੈਂਟਿਸਟਰੀ ਵਿੱਚ ਮਟੀਰੀਅਲਸ ਆ ਰਹੇ ਆ, ਲੇਟੈਸਟ ਟੈਕਨੀਕਸ ਆ ਰਹੀਆਂ ਨੇ, ਅਸੀਂ ਉਹ ਗਵਰਨਮੈਂਟ ਸੈਕਟਰ ਸਾਡੇ ਕੋਲ ਜਿੰਨੇ PCMS ਡੈਂਟਲ ਡਾਕਟਰਸ ਹੈਗੇ ਨੇ ਉਹਨਾਂ ਨੂੰ ਇਸ ਟੈਕਨੀਕ ਤੋਂ ਅਸੀਂ ਅੱਜ ਵਾਕਫ ਕਰਾ ਰਹੇ ਹਾਂ ਅਤੇ ਇੱਕ ਟ੍ਰੇਨਿੰਗ ਸੈਸ਼ਨ ਅੱਜ ਜਿਹੜਾ ਚੱਲ ਰਿਹਾ ਹੈਗਾ ਜਿਹਦੇ ਸਾਡੇ ਟ੍ਰੇਨਿੰਗ ਡਾਕਟਰਸ ਵੀ ਪਾਰਟੀਸਪੇਟ ਕਰ ਰਹੇ ਹੈਗੇ ਆ। ਸੋ ਦੈਟ ਜਿਹੜਾ ਸਾਡਾ ਗਵਰਨਮੈਂਟ ਸੈਕਟਰ ਹੈ, ਜਿਹੜੀ ਪਬਲਿਕ ਸਰਵਿਸਿਜ਼ ਨੇ, ਇਹ ਨਵੀਂ ਤਕਨੀਕ ਜਿਹੜੀ ਉਹਨਾਂ ਵਿੱਚ ਵਰਤੋਂ ਇਹਦੀ ਕੀਤੀ ਜਾ ਸਕੇ। ਸਾਡੇ ਕੋਲ ਬਹੁਤ ਸਾਰੇ ਨਵੇਂ ਬੱਚੇ ਜਿਹੜੇ ਗ੍ਰੈਜੂਏਟ ਹੋ ਕੇ ਆਉਂਦੇ ਨੇ ਟ੍ਰੇਨਿੰਗ ਵਾਸਤੇ ਅਤੇ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ, ਇੱਥੇ ਉਹ ਸਿੱਖਦੇ ਵੀ ਨੇ ਅਤੇ ਉਹਨਾਂ ਨੂੰ ਐਪਰੀਸ਼ੀਏਸ਼ਨ ਵਾਸਤੇ ਸਰਟੀਫਿਕੇਟਸ ਦਿੱਤੇ ਜਾਂਦੇ ਆ, ਸੋ ਦੈਟ ਉਹ ਅੱਗੇ ਜਾ ਕੇ ਸਮਾਜ ਦੀ ਸੇਵਾ ਵਿੱਚ ਆਪਣਾ ਜਿਹੜਾ ਵੱਡਾ ਯੋਗਦਾਨ ਹੈ ਬਹੁਮੁੱਲਾ ਯੋਗਦਾਨ ਉਹ ਪਾ ਸਕਣ। ਸਾਡੇ ਕੋਲ 2 ਡੈਂਟਲ ਚੇਅਰਸ ਆਈਆਂ ਅਤੇ ਨਾਲ ਸਾਡੇ ਕੋਲ ਐਕਸਰੇ ਮਸ਼ੀਨ ਜਿਹੜਾ ਡਿਜੀਟਲ ਹੈ ਜੋ ਕਿ ਬਾਹਰ 100 ਰੁਪੀਸ ਦੇ ਵਿੱਚ ਉਹ ਐਕਸਰੇ ਸਾਡੇ ਕੋਲ ਇੱਥੇ 60 ਰੁਪੀਸ ਦੇ ਵਿੱਚ ਹੁੰਦਾ। ਅਪਾਰਟ ਫਰੋਮ ਦਿਸ ਸਾਡੀ ਇਸ ਬੜੇ ਸਾਰੇ ਡੈਂਟਲ ਪ੍ਰੋਸੀਜਰ ਹੈ ਜਿਵੇਂ RCT ਹੈ ਜਿਹਦੇ ਲਈ ਬਾਹਰ ਸਾਨੂੰ 5,000-4,000 ਇੰਨਾ ਚਾਰਜ ਕਰਨਾ ਪੈਂਦਾ, ਉੱਥੇ ਅਸੀਂ ਸਿਰਫ 120 ਰੁਪਏ ਵਿੱਚ ਕਰ ਰਹੇ ਹਾਂ। ਉਹਦੇ ਵਿੱਚ ਵੀ ਸਾਡੇ ਕੋਲ ਅੱਗੋਂ ਵੀ ਬਹੁਤ ਸਾਰੀ ਇੰਪਰੂਵਮੈਂਟ ਹੈ, ਜਿਸ ਤਰ੍ਹਾਂ ਸਕੂਲ ਦੇ ਜਿਹੜੇ ਬੱਚੇ ਆ RBSK ਵਾਲੇ ਉਹਨਾਂ ਦਾ ਫ੍ਰੀ ਆਫ ਕੋਸਟ ਟ੍ਰੀਟਮੈਂਟ ਹੈ, ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੈਗੇ ਆ ਉਹਨਾਂ ਦਾ ਮੰਗਲਵਾਰ ਅਤੇ ਸ਼ਨੀਵਾਰ ਫ੍ਰੀ ਟ੍ਰੀਟਮੈਂਟ ਹੈ। ਮੈਨੂੰ ਲੱਗਦਾ ਕਿ ਸਾਨੂੰ ਬਹੁਤ ਇਸ ਮਾਮਲੇ ਦੇ ਵਿੱਚ ਸਿਰਫ ਜਾਗਰੂਕਤਾ ਦੀ ਜ਼ਰੂਰਤ ਹੈਗੀ, ਇਸ ਬਾਕੀ ਸਾਡੇ ਆਰਮਾਮੈਂਟੇਰੀਅਮ ਨੰਬਰ ਆਫ ਡਾਕਟਰਸ ਉਹ ਸਰਵਿਸਿਜ਼ ਸਾਡੇ ਕੋਲ ਪੂਰੀਆਂ ਹੈ। ਅਸੀਂ ਸਰ ਉਹਨਾਂ ਨੂੰ ਟਾਈਮ ਟੂ ਟਾਈਮ ਸਾਡੀ ਜਨਰਲ ਐਗਜ਼ਾਮੀਨੇਸ਼ਨ ਇੱਦਾਂ ਦੇ ਪੇਸ਼ੈਂਟਸ ਦਾ ਕਰਦੇ ਹਾਂ, ਜੇ ਸਾਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਕੈਂਸਰ ਦੇ ਵਿੱਚ ਸ਼ੁਰੂ ਦੇ ਸਿਮਟਮਸ ਆ ਰਹੇ ਆ ਜਾਂ ਕੋਈ ਮੂੰਹ ਦੇ ਵਿੱਚ ਨਮਕ ਮਿਸ਼ ਲੱਗ ਰਿਹਾ, ਸਾਡੀ ਕੁਝ ਇਸ ਤਰ੍ਹਾਂ ਲੀਜ਼ਨਸ ਹੈ ਜਿਨ੍ਹਾਂ ਨੂੰ ਅਸੀਂ ਅਗਰ ਟਾਈਮ ਨਾਲ ਸਾਨੂੰ ਪਤਾ ਲੱਗ ਜਾਏ ਤਾਂ ਅਸੀਂ ਉਹਨਾਂ ਉਹਦੇ ਹਿਸਾਬ ਨਾਲ ਟ੍ਰੀਟਮੈਂਟ, ਬਾਕੀ ਜਿਹੜਾ ਹੈ ਟ੍ਰੀਟਮੈਂਟ ਸਾਡੇ ਹਾਇਰ ਸੈਂਟਰਸ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰ ਦਿੰਦੇ ਹਾਂ ਕਿ ਗਵਰਨਮੈਂਟ ਕੀ ਇਹਨਾਂ ਵਿੱਚ ਚਾਰਜਿਸ ਕੁਝ ਪੇਮੈਂਟ ਕਰਦੀ ਹੈ, ਉਹ ਸਾਰਾ ਗਾਈਡੈਂਸ ਜਿਹੜਾ ਉਹ ਸਾਡਾ ਪ੍ਰੋਪਰ ਨੈਟਵਰਕ ਦੇ ਥਰੂ ਇੱਥੇ ਹੋ ਜਾਂਦਾ। ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਤਹਿਤ ਹੈਲਥ ਡਿਪਾਰਟਮੈਂਟ ਵੱਲੋਂ ਜਿਹੜੀ ਡੈਂਟਲ ਸੇਵਾਵਾਂ ਨੇ ਉਹ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਦਿੱਤੀਆਂ ਜਾ ਰਹੀਆਂ ਨੇ, ਖਾਸ ਕਰ ਜਿਹੜੇ ਤੰਬਾਕੂ ਦੇ ਨਾਲ ਹੋਣ ਵਾਲੇ ਨੁਕਸਾਨ ਨੇ ਉਹਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਅਤੇ ਡਾਕਟਰਸ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮਿਲ ਸਕਣ। ਔਰ ਇਸ ਦੇ ਨਾਲ ਨਾਲ ਹੀ ਪੰਜਾਬ ਸਰਕਾਰ ਨੂੰ ਜਿੰਨੇ ਵੀ ਡੈਂਟਲ ਸੈਂਟਰਸ ਨੇ ਪੰਜਾਬ ਸਰਕਾਰ ਦੇ ਉੱਥੇ ਨਵੀਂ ਮਸ਼ੀਨਰੀ ਵੀ ਦਿੱਤੀ ਗਈ ਹੈ ਤਾਂ ਕਿ ਲੋਕਾਂ ਦਾ ਇਲਾਜ ਬਿਹਤਰ ਤਰੀਕੇ ਨਾਲ ਹੋ ਸਕੇ। ਸੋ ਲੋਕਾਂ ਨੂੰ ਵੀ ਚਾਹੀਦਾ ਕਿ ਇਹਨਾਂ ਹੈਲਥ ਸੈਂਟਰਸ ਦਾ ਵੱਧ ਤੋਂ ਵੱਧ ਲਾਭ ਲੈਣ। ਕੈਮਰਾਮੈਨ ਅਜੇ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ।